ਸਾਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਅਜ਼ਾੜ ਟੀਵੀ ਨਿਊਜ਼ ਅਤੇ ਮੈਂ ਹਾਂ ਬੀਨੂ ਸ਼ਰਮਾ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਜੀ ਕੋਲੇ ਪਹੁੰਚੇ ਹੋਇਆ ਖਾਸ ਮੌਕੇ ਦੀ ਗੱਲਬਾਤ ਕਰਾਂਗੇ ਤੇ ਪਾਰਟੀ ਬਾਰੇ ਦਾ ਵਿਚਾਰ ਜਾਣਾਂਗੇ ਤੇ ਹੋਰ ਵੀ ਕਈ ਸਾਰੇ ਮੁੱਦਿਆਂ ਤੇ ਉਹਨਾਂ ਦੇ ਵਿਚਾਰ ਲਵਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤੇ ਆਪਾਂ ਹੁਣ ਡੰਪਿੰਗ ਮੁੱਦੇ ਦੀ ਗੱਲ ਕਰੀ ਤਾਂ ਇੱਕ ਡੰਪਿੰਗ ਗਰਾਊਂਡ ਦਾ ਮੁੱਦਾ ਹੀ ਚੱਲ ਰਿਹਾ ਜਿਹੜਾ ਇਸ ਟਾਈਮ ਚੰਡੀਗੜ੍ਹ ਵਰਗੇ ਸਿਟੀ ਵਿੱਚ ਸਭ ਤੋਂ ਵੱਧ ਹਾਈਲਾਈਟ ਹੋ ਰਿਹਾ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਡੰਪਿੰਗ ਗਰਾਊਂਡ ਦਾ ਮੁੱਦਾ ਨਹੀਂ ਹੈ ਪਹਿਲੀ ਗ ਡੰਪਿੰਗ ਗਰਾਊਂਡ ਡੱਡੂ ਮਾਜਰੇ ਤੇ ਲੋਕਾਂ ਲਈ ਜਿਹੜਾ ਇੱਕ ਬਹੁਤ ਵੱਡਾ ਸ਼ਰਾਪ ਹੈ ਤੇ ਆਮ ਆਦਮੀ ਪਾਰਟੀ ਉਹ ਸ਼ਰਾਪ ਨੂੰ ਖਤਮ ਕਰਨਾ ਚਾਹੁੰਦੀ ਹੈ ਪਿਛਲੇ ਸਮੇਂ ਤੋਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਾਹੇ ਕਾਂਗਰਸ ਦੀ ਗੱਲ ਕਰੀਏ ਚਾਹੇ ਤੁਹਾਡੇ ਭਾਜਪਾ ਦੀ ਗੱਲ ਕਰੀਏ ਇਹਨਾਂ ਦੇ ਕਈ ਮੇਰ ਆਏ ਕਈ ਮੇਰ ਚਲੇ ਗਏ ਕਈ ਕਮਿਸ਼ਨਰ ਆਏ ਕਈ ਚਲੇ ਗਏ ਇੱਥੋਂ ਤੱਕ ਕਿ ਕਈ ਗਵਰਨਰ ਆਏ ਉਹ ਵੀ ਚਲੇ ਗਏ ਪਰ ਇਹ ਸ਼ਰਾਪ ਡੱਡੂ ਮਾਇਦੇ ਤੋਂ ਲੋਕਾਂ ਦੇ ਐਵੇਂ ਹੀ ਲੱਗਿਆ ਹੋਇਆ ਜਦੋਂ ਕੋਈ ਮੇਅਰ ਨਵਾਂ ਆਂਦਾ ਹੈ ਜਦੋਂ ਕੋਈ ਕਮਿਸ਼ਨਰ ਨਵੇਂ ਆਂਦੇ ਨੇ ਜਦੋਂ ਕੋਈ ਸਾਡੇ ਮਾਨਯੋਗ ਗਵਰਨਰ ਸਾਹਿਬ ਵੀ ਕੋਈ ਨਵੇਂ ਆਂਦੇ ਤਾਂ ਦੋਰੇ ਕਰਕੇ ਆਉਂਦੇ ਨੇ ਸਿਰਫ ਡੰਪਿੰਗ ਗਰਾਊਂਡ ਤੇ ਅੱਜ ਤੱਕ ਚੰਡੀਗੜ੍ਹ ਦੇ ਵਿੱਚ ਡੰਪਿੰਗ ਗਰਾਊਂਡ ਤੇ ਹਜ਼ਾਰਾਂ ਕਰੋੜਾ ਰੁਪਇਆ ਖਰਚ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਸਿਰਫ ਇਹ ਹੀ ਪੁੱਛ ਰਹੀ ਹੈ ਬੀਜੇ ਇਨਾ ਪੈਸਾ ਖਰਚ ਕੀਤਾ ਗਿਆ ਵਾ ਉਹਦਾ ਹੱਲ ਕੀ ਨਿਕਲੇ ਉਹਦਾ ਸਿੱਟਾ ਕੀ ਨਿਕਲੇ ਕੀ ਡੰਪਿੰਗ ਗਰਾਉਂਡ ਖਤਮ ਹੋਇਆ ਹੈ ਅਗਰ ਨਹੀਂ ਹੋਇਆ ਤਾਂ ਕਿਸ ਅਫਸਰ ਦੀ ਗਲਤੀ ਨਾਲ ਉਹ ਖਤਮ ਨਹੀਂ ਹੋਇਆ ਕਿਉਂਕਿ ਪੈਸੇ ਤਾਂ ਖਰਚੇ ਗਏ ਨੇ ਕੀ ਉਹ ਅਫਸਰ ਤੇ ਕਾਰਵਾਈ ਹੋਈ ਹੈ ਅਗਰ ਅਫਸਰ ਤੇ ਕਾਰਵਾਈ ਨਹੀਂ ਹੋਈ ਤਾਂ ਇਹ ਇਹਦੇ ਪਿੱਛੇ ਕੀ ਕਾਰਨ ਕੀ ਆਪਾਂ ਲੱਖਾਂ ਹਜ਼ਾਰਾਂ ਕਰੋੜਾਂ ਰੁਪਈਆ ਖਰਚ ਕਰ ਰਹੇ ਆਂ ਪਰ ਡੰਪਿੰਗ ਗਰਾਉਂਡ ਦੇ ਜਿਹੜੇ ਨੇੜੇ ਰਿਆਸੀ ਇਲਾਕੇ ਨੇ ਡੱਡੂ ਮਾਜਰਾ ਹੋ ਗਿਆ 38 ਵੈਸਟ ਹੋ ਗਿਆ 25 ਹੋ ਗਿਆ ਤਨਾਸ ਹੋ ਗਿਆ ਇਹਨਾਂ ਨੂੰ ਸ਼ਰਾਬ ਜਿਹਨੂੰ ਮੈਂ ਕਹਾਂਗਾ ਵੀ ਉਹ ਲੱਗਿਆ ਹੋਇਆ ਵੀ ਡੰਪਿੰਗ ਗਰਾਊਂਡ ਉੱਥੋਂ ਖਤਮ ਨਹੀਂ ਹੋ ਪਾਰਿਆ ਤੇ ਪਿਛਲੇ ਸਮੇਂ ਨਵਾਂ ਪ੍ਰੋਜੈਕਟ ਜਿਹੜਾ ਮਾਨਯੋਗ ਸਾਡੇ ਗਵਰਨਰ ਸਾਹਿਬ ਨੇ ਵੀ ਕਿਹਾ ਵੀ ਸਿਰਫ ਡੱਡੂ ਮਾਜਰੇ ਦੇ ਵਿੱਚ ਹੀ ਸਾਡੇ ਕੋਲ ਜਗ੍ਹਾ ਹੈ ਉੱਥੇ ਹੀ ਲੱਗੇਗਾ ਫਿਰ ਉਹਨਾਂ ਨੇ ਵੀ ਕਿਹਾ ਵੀ ਇਹ ਨੀਰੀ ਦੁਆਰਾ ਜਿਹੜਾ ਪ੍ਰਸਤਾਵ ਦਿੱਤਾ ਗਿਆ ਉਹੀ ਲੱਗੇਗਾ ਸੋ ਮੈਂ ਅਸੀਂ ਇਹ ਸੋਚਦੇ ਹਾਂ ਵੀ ਕਿਉਂ ਰੇਸ਼ੀ ਇਲਾਕੇ ਤੋਂ ਦੂਰ ਦੇਖੋ ਸੀਐਨਜੀ ਪਲੈਂਟ ਰੱਬ ਨਾ ਕਰੇ ਕੋਈ ਉੱਨੀ ਕੀ ਹੋ ਜੇ ਕੋਈ ਅਭੀ ਨਭੀ ਹੋ ਜੇ ਤਾਂ ਉਹ ਡੱਡੂ ਮਾਜਰੇ ਦੇ ਰੇਸ਼ੀ ਇਲਾਕੇ ਤੇ ਕਿੰਨਾ ਪ੍ਰਭਾਵ ਕਰੇਗਾ ਉੱਥੇ ਹੀ ਕਰੇਗਾ ਕਿ ਹੋਰ ਅੱਗੇ ਤੱਕ ਵੀ ਜਾਏਗਾ ਪ੍ਰਭਾਵ ਉਹਦਾ ਇੱਕ ਪਾਸੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਪੈਟਰੋਲੀਅਮ ਸੇਵ ਕੀਤਾ ਜਾਵੇ हां एलबीजी ਘੱਟ ਯੂਜ਼ ਕੀਤੀ ਜਾਵੇ ਇਲੈਕਟ੍ਰਿਕ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਇਲੈਕਟ੍ਰਿਕ ਵਹੀਕਲ ਨੂੰ ਪ੍ਰਮੋਟ ਕਰ ਰਹੇ ਹਾਂ ਦੂਜੇ ਪਾਸੇ ਅਸੀਂ ਸੀਐਨਜੀ ਪਲਾਂਟ ਲਾ ਰਹੇ ਹਾਂ ਸਾਨੂੰ ਪਲਾਂਟ ਵੀ ਕੋਈ ਏਦਾਂ ਦਾ ਲਾਣਾ ਚਾਹੀਦਾ ਜਿਹਦੇ ਤੋਂ ਇਲੈਕਟ੍ਰਿਸਿਟੀ ਬਣੇ ਸਿੰਗਾਪੂਰ ਦੇ ਵਿੱਚ ਇੱਕ ਪਲਾਂਟ ਹੈ ਮੈਂ YouTube ਦੇ ਮਾਧਿਅਮ ਰਾਹੀਂ ਦੇਖਿਆ ਹੈ ਜਿੱਦੀ ਇਲੈਕਟ੍ਰਿਸਿਟੀ ਬਣਦੀ ਹੈ ਸੋ ਬੜਾ ਕੁਝ ਹੈਗਾ ਸੋ ਇਹਨੂੰ ਆਪਾਂ ਮੁੱਦਾ ਨਾ ਕਹੀਏ ਇੱਕ ਲੋਕਾਂ ਨੂੰ ਉੱਥੇ ਸ਼ਰਾਪ ਮਿਲਿਆ ਹੈ ਔਰ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਔਰ ਪੂਰ ਜੋਰ ਕੋਸ਼ਿਸ਼ ਕਰਦੀ ਰਹੇਗੀ ਵੀ ਉਹਨਾਂ ਨੂੰ ਇਸ ਸ਼ਰਾਪ ਚੋਂ ਕੱਢੀ ਉਹ ਮੁਦਰੀ ਥਾਂ ਤੇ ਆਪਾਂ ਸਮੱਸਿਆ ਸ਼ਬਦ ਯੂਜ਼ ਕਰ ਲੈਣਾ ਕਿ ਲੋਕਾਂ ਜਿਹੜੀ ਸਮੱਸਿਆ ਹੈ ਜਿਹੜੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ एक्सपेक्टेशंस ਨੇ ਕੀ ਉਹ ਪਾਰਟੀ ਪੂਰਾ ਕਰ ਪਾਏਗੀ ਜਿਹੜਾ ਸਮੱਸਿਆ ਦਾ ਹੱਲ ਹੋ ਪਾਏਗਾ ਡੰਬੀ ਘਰੌਣ ਵਾਲਾ ਐ ਇਦਾਂ ਹੀ ਚੱਲਦਾ ਰਹੇਗਾ ਕਿਉਂਕਿ ਲੋਕ ਕਹਿੰਦੇ ਅਕਸਰ ਕਿ ਸਰਕਾਰਾਂ ਗੱਲਾਂ ਹੀ ਕਰਦੇ ਨੇ ਸਰਕਾਰਾਂ ਗੱਲਾਂ ਹੀ ਕਰਦੇ ਨੇ ਕੰਮ ਵੀ ਕਰਦੀਆਂ ਨੇ ਦੇਖੋ ਚੰਡੀਗੜ੍ਹ ਅਫਸਰਸ਼ਾਈ ਸ਼ਹਿਰ ਹੈ ਫੇਰ ਵੀ ਸਾਡੇ ਜਿੰਨੇ ਵੀ ਪਾਰਸ਼ਦ ਨੇ ਆਮ ਆਦਮੀ ਪਾਰਟੀ ਦੇ ਉਹ ਆਪਣੇ ਪੂਰੇ ਐਫਰਟਸ ਲਗਾ ਕੇ ਲੋਕਾਂ ਦੇ ਕੰਮ ਕਰਾ ਰਹੇ ਨੇ ਔਰ ਤੁਸੀਂ ਪੱਤਰਕਾਰੋ ਕੈਮਰਾ ਤੁਹਾਡੇ ਕੋਲ ਆ ਮਾਈਕ ਤੁਹਾਡੇ ਕੋਲੇ ਕਦੀ ਵੀ ਕਿਸੇ ਮਰਜੀ ਵਾਰਡ ਜਾਂ ਮੇਰੇ ਵਾਰਡ ਚ ਛੱਡੋ ਤੁਸੀਂ ਕਿਸੇ ਮਰਜੀ ਵਾਰਡ ਦੇ ਪਾਰਸ਼ਦ ਦੇ ਵਾਰਡ ਚ ਚਲ ਜੋ ਤੁਹਾਨੂੰ ਉੱਥੇ ਉਹਦੇ ਲਈ ਵਧਾਈ ਸੋਨਾਨ ਨੂੰ ਮਿਲੇਗਾ ਅਸੀਂ ਤਾਂ ਦੇਖੋ ਆਪਣੇ ਐਫਰਟ ਸਾਰੇ ਲਗਾ ਰਹੇ ਹਾਂ ਗੱਲ ਆ ਜਾਂਦੀ ਹੈ ਵੀ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਣੇ ਇੱਕ ਸੰਘਰਸ਼ ਕਰਨਾ ਔਰ ਆਮ ਆਦਮੀ ਪਾਰਟੀ ਵੈਸੀ ਸੰਘਰਸ਼ ਚੋਂ ਨਿਕਲੀ ਔਰ ਇਹ ਸੰਘਰਸ਼ ਅਸਿੱਖ ਕਰ ਦੇਣਾਂਗੇ ਦੋ ਜੀਗਾਂ ਜਿਹੜਾ ਡੰਪਿੰਗ ਗਰਾਊਂਡ ਹੈ ਸਮੱਸਿਆ ਉੱਥੇ ਦੇ ਜਿੰਨੇ ਲੋਕ ਨੇ ਕਈ ਲੋਕਾਂ ਨੂੰ ਉਥੇ ਦਮੇ ਦੀ ਬਿਮਾਰੀ ਹੋ ਚੁੱਕੀ ਹੈ ਕਈ ਲੋਕਾਂ ਨੂੰ ਟੀਬੀ ਕਈ ਲੋਕਾਂ ਨੂੰ ਸਾਹ ਦੀ ਪ੍ਰੋਬਲਮ ਇੱਥੋਂ ਤੱਕ ਕਿ ਸਕਿਨ ਅਲਰਜੀ ਵਰਗੀਆਂ ਬਿਮਾਰੀਆਂ ਉੱਥੇ ਦੇ ਲੋਕ ਚੱਲ ਰਹੇ ਨੇ ਇਹ ਤਾਂ ਸਭ ਛੱਡੋ ਆਈ ਦੀ ਰੇਟ ਜੇਕਰ ਉੱਥੇ ਕੋਈ ਬੰਦਾ ਆਪਣੇ ਵਿਆਹ ਦੇ ਰਿਸ਼ਤੇ ਦੀ ਗੱਲ ਤੋੜਦਾ ਹੈ ਜਾਂ ਲੇਡੀਜ਼ ਭੈਣ ਸਾਡੀ ਕੋਈ ਵਿਆਹ ਦੇ ਰਿਸ਼ਤੇ ਦੀ ਗੱਲ ਤੋੜਦੀ ਹੈ ਜਦੋਂ ਐਡਰੈਸ ਦੱਸਦੀ ਹੈ ਨਾ ਤੇ ਉਹਦਾ ਰਿਸ਼ਤਾ ਵੀ ਨਹੀਂ ਹੁੰਦਾ ਵੀ ਇਹ ਕੂੜੇ ਦੇ ਢੇਰ ਦੇ ਕੋਲ ਰਹਿੰਦੇ ਨੇ ਬਦਨਾਮ ਇੰਨਾ ਹੋ ਚੁੱਕਾ ਹੈ ਸੋ ਅਸੀਂ ਅਸੀਂ ਉਹਨਾਂ ਨੂੰ ਇਹ ਸ਼ਰਾਬ ਚੋ ਇਸ ਸਮੱਸਿਆ ਚੋਂ ਕੱਢਣਾ ਚਾ ਰਹੇ ਹਾਂ ਔਰ ਅਸੀਂ ਬਿਲਕੁਲ ਕੱਢ ਕੇ ਦਿਖਾਵਾਂਗੇ ਔਰ ਜਿਹੜੀ ਕਾਂਗਰਸ ਔਰ ਭਾਜਪਾ ਮਿਲੀ ਭੁਗਤ ਹੈ ਕੱਠੇ ਚੱਲ ਰਹੇ ਨੇ ਜਿਹੜੇ ਉਹ ਇਹ ਦੇਖ ਰਹੇ ਨੇ ਵੀ ਅਸੀਂ ਹੁਣ ਗੁਆ ਜਾਵਾਂਗੇ ਕੁਮਕਿਆਵਾਂਗੇ ਉੱਥੇ ਪ੍ਰੋਜੈਕਟ ਪਾਸ ਕਰਦੇਾਂਗੇ ਚੰਡੀਗੜ੍ਹ ਦੇ ਲੋਕ ਬੋਲਦੇ ਰਹਿਣਗੇ ਆਮ ਆਦਮੀ ਪਾਰਟੀ ਬੋਲਦੀ ਰਹੇਗੀ ਅਸੀਂ ਕਰ ਲਾਂਗੇ ਤੇ ਤੁਸੀਂ ਇਹ ਜਿਹੜਾ ਗੁਆ ਦੀ ਹੁਣ ਤੁਸੀਂ ਗੱਲ ਕੀਤੀ ਤੁਸੀਂ ਇਹਨਾਂ ਦਾ ਬਾਇਕਾਟ ਕਿਉਂ ਕੀਤਾ ਕੀ ਇਹ ਖਾਸ ਰੀਜ਼ਨ ਕੀ ਹੈ ਬਾਇਕਾਟ ਤਾਂ ਸਿੱਕ ਕਰਨਾ ਹੀ ਪੈਣਾ ਨਾ ਜੀ ਦੇਖੋ 35 ਕਾਉਂਸਲਰਸ ਨੇ ਚਲੋ ਆਮ ਆਦਮੀ ਪਾਰਟੀ ਨਹੀਂ ਜਾ ਰਹੀ ਨਾਲ ਇਹਨਾਂ ਨੇ ਨਾਮਿਨੇਟਿਡ ਕਾਉਂਸਲਰਸ ਵੀ ਲੈ ਕੇ ਜਾਣੇ ਨੇ ਕਿਉਂਕਿ ਆਬਵੀਅਸ ਹੈ ਨਾਮਿਨੇਟਿਡ ਕਾਉਂਸਲਰ ਹੈ ਭਾਜਪਾ ਦਾ ਪਾਰਟ ਹੋ ਜਾਣ ਕੇ ਫਿਰ ਕੁਝ ਅਫਸਰ ਵੀ ਜਾਣਗੇ ਦੋ ਚਾਰ ਫਿਰ 10 ਰੈ residenital area ਜਾਨੀ ਕਿ ਡੈਡੂ ਮਾਰੇ ਦੇ ਲੋਕ ਵੀ ਲੈ ਕੇ ਜਾ ਰਹੇ ਨੇ ਉੱਥੇ ਜਾ ਕੇ ਪ੍ਰੋਜੈਕਟ ਦੇਖਣ ਸੋ ਕੁੱਲ ਮਿਲਾ ਕੇ 50 ਬੰਦੇ ਤਾਂ ਹੋਣਗੇ ਤਾਂ ਮੇਰੇ ਹਿਸਾਬ ਨਾਲ ਲੱਖ ਰੁਪਏ ਇੱਕ ਬੰਦੇ ਦਾ ਖਰਚਾ ਵੀ ਹੈਗਾ ਜੀ ਗੋਆ ਜਾਣਾ ਟਿਕਟਾਂ ਲੈਣੀਆਂ ਪਲੇਨ ਦੀਆਂ ਹੋਰ ਉੱਥੇ ਖਾਣਾ ਪੀਣਾ ਰਹਿਣਾ ਸੈਨਾ 4-5 ਦਿਨ ਦਾ ਸੋ 50 ਲੱਖ ਰੁਪਈਆ ਅਸੀਂ ਜਿਹੜੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਉਹ ਕਿਉਂ ਖਰਾਬ ਕਰੀਏ ਅਸੀਂ ਦਾ ਉੱਥੇ ਡੱਡੂ ਮਾਜਰੇ ਲੱਗਣ ਨਹੀਂ ਦੇਣਾ ਪ੍ਰੋਜੈਕਟ ਦੂਜਾ ਜਿਹੜਾ ਲੋਕਲ ਏਰੀਆ ਦਾ ਪਾਰਸ਼ਦ ਹੈ ਉਹ ਇਸ ਗੋਆ ਦੇ ਪਲਾਂਟ ਜਾਣ ਤੇ ਵੀ ਦੇਖਣ ਤੇ ਉਹ ਖੁਦ ਗੈਰੇ ਮੈਂ ਨਹੀਂ ਜਾਣਾ ਜਦ ਏਰੀਆ ਦਾ ਪਾਰਸ਼ਦ ਨਹੀਂ ਜਾ ਰਿਹਾ ਤੇ ਬਾਕੀ ਪਾਰਸ਼ਦ ਕਿਉਂ ਜਾ ਰਹੇ ਨੇ ਮੈਂ ਤਾਂ ਇਹ ਨੂੰ ਜੇ ਆਪਣਾ ਪ੍ਰੋਜੈਕਟ ਉਹ ਇੱਧਰ ਲੈ ਆਉਂਦੇ ਨੇ ਤਾਂ ਫਿਰ ਤੁਸੀਂ ਕੀ ਕਰੋਗੇ ਤੁਹਾਡਾ ਡਾਇਰੈਕਸ਼ਨ ਕੀ ਹੋਏਗਾ ਦੇਖੋ ਜੀ ਚੰਡੀਗੜ੍ਹ ਦੇ ਬੜੋਤਰੀ ਲਈ ਫਾਇਦੇ ਲਈ ਜਿੰਨੇ ਮਰਜ਼ੀ ਪ੍ਰੋਜੈਕਟ ਲਾਉਂ ਅਸੀਂ ਉਹਦਾ ਵੈਲਕਮ ਕਰਾਂਗੇ ਅਸੀਂ ਗਵਰਨਰ ਸਾਹਿਬ ਛੱਡੋ ਅਸੀਂ ਮੇਅਰ ਸਾਹਿਬ ਦੇ ਫੁੱਲਾਂ ਦੀ ਮਾਲਾ ਵੀ ਪਾਵਾਂਗੇ ਵੀ ਚੰਡੀਗੜ੍ਹ ਲਈ ਕੰਮ ਕਰ ਰਹੇ ਪਰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਿੱਧੀ ਗੱਲ ਹੈ ਡੱਡੂ ਮਾਰੀ ਦੇ ਵਿੱਚ ਕੋਈ ਨਵਾਂ ਪਲਾਂਟ ਨਹੀਂ ਲੱਗਣ ਦਿੱਤਾ ਜਾਏਗਾ ਆਮ ਆਦਮੀ ਪਾਰਟੀ ਡੱਡੂ ਮਾਝੇ ਦੇ ਲੋਕਾਂ ਨਾਲ ਆਪਣੇ ਦਿਲ ਤੋਂ ਪੂਰ ਜ਼ੋਰ ਮੋਢੇ ਨਾਲ ਮੋਢਾ ਲਾ ਕੇ ਜਿਹਨੂੰ ਅਪਾ ਪੰਜਾਬੀ ਚ ਕਹਿੰਦੇ ਆ ਖੜੀ ਆ ਔਰ ਖੜੀ ਰਹੇਗੀ ਚਾਹੇ Delhi ਸਾਨੂੰ ਜਿੰਨਾ ਮਰਜ਼ੀ ਵੱਡਾ ਸੰਘਰਸ਼ ਕਰਨਾ ਪਵੇ ਅਸੀਂ ਉਹਨਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਕੱਢ ਕੇ ਨਜ਼ਾਦ ਦਵਾ ਕੇ ਹੀ ਸਾਲਣ ਤੇ ਜਿੱਦੋਂ ਬੀਜੇਪੀ ਦੇ ਐਕਟੀਵਿਟੀਜ਼ ਚੱਲ ਰਹੀਆਂ ਨੇ ਪੂਰਾ 1 ਮੰਥ ਉਹ ਕਰ ਰਹੇ ਨੇ ਬੀਜੇਪੀ ਨੂੰ 9 ਸਾਲ ਹੋ ਚੁੱਕੇ ਨੇ 9 ਸਾਲ ਬੇਮਿਸਾਲ ਕੋਈ ਆਮ ਆਦਮੀ ਪਾਰਟੀ ਵੀ ਐਦਾਂ ਐਕਟੀਵਿਟੀ ਕਰੇਗੀ ਲੋਕਾਂ ਦੀ ਜਿੱਚ ਸਮੱਸਿਆਵਾਂ ਵੀ ਹੋਣਗੇ ਹੋਰ ਵੀ ਕਈ ਸਰੀਆ ਚੀਜ਼ਾਂ ਹੋਣਗੇ ਜਿਹੜੀ ਲੋਕਾਂ ਨੂੰ ਅਵੇਅਰ ਕਰਨੀ ਆ ਸੋਸਾਇਟੀ ਨੂੰ ਅਵੇਅਰ ਕਰਨੀ ਆ ਦੇਖੋ ਆਮ ਆਦਮੀ ਪਾਰਟੀ ਨੂੰ ਇੱਥੇ ਕਰਨ ਦੀ ਲੋੜ ਹੀ ਨਹੀਂ ਪੈਣੀ 9 ਸਾਲ ਬੇਮਿਸਾਲ ਆਮ ਆਦਮੀ ਪਾਰਟੀ ਦਾ ਮਾਡਲ ਬੋਲਦਾ ਦਿੱਲੀ ਚ ਬੋਲਿਆ ਪੰਜਾਬ ਚ ਬੋਲਿਆ ਚੰਡੀਗੜ੍ਹ ਚ ਵੀ ਪਹਿਲੀ ਵਾਰੀ ਕੌਂਸਲਰਸ ਜਿੱਤ ਕੇ ਆਏ ਨੇ ਸੋ ਚੰਡੀਗੜ੍ਹ ਚ ਵੀ ਬੋਲ ਰਿਹਾ ਦੇਖੋ ਹਰ ਜਗ੍ਹਾ ਜਿੱਥੇ ਵੀ ਕੋਈ ਬੰਦਾ ਨਵਾਂ ਆਉਂਦਾ ਤੇ ਹਰ ਚੀਜ਼ ਨੂੰ ਸਮਝਣ ਲਈ ਕਰਨ ਲਈ ਟਾਈਮ ਲੱਗਦਾ ਸਾਡੇ ਜਿੰਨੇ ਵੀ ਪਾਰਸ਼ਦ ਨੇ ਅੱਜ ਪੂਰੀ ਤਰ੍ਹਾਂ ਸਮਰੱਥ ਹੋ ਚੁੱਕੇ ਨੇ ਉਹਨਾਂ ਨੂੰ ਸਾਰੇ ਸਿਸਟਮ ਦਾ ਵੀ ਪਤਾ ਚੱਲ ਚੁੱਕਾ ਹੈ ਸੋ ਸਾਡਾ ਨਾ ਕੰਮ ਬੋਲੇਗਾ ਸਾਨੂੰ ਕੋਈ 9 ਸਾਲ ਬੇਮਿਸਾਲ ਦੇਖੋ ਭਾਜਪਾ ਝੂਠ ਦੀ ਰਾਜਨੀਤੀ ਕਰਦੀ ਹੈ ਪ੍ਰੋਪਗੈਂਡੇ ਦੀ ਰਾਜਨੀਤੀ ਕਰਦੀ ਹੈ ਠੀਕ ਹੈ ਜੀ ਉਹ 24 25 ਇੰਚਾ ਦਾ 36 55 ਇੰਚ ਕਰਕੇ ਦਿਖਾ ਦਿੰਦੀ ਹੈ ਸੋ ਇਸ ਕਰਕੇ ਕੋਈ ਉਹ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਰਿਪੋਰਟ卡 ਜਨਤਾ ਦੇ ਵਿੱਚ ਹੈ ਆਮ ਆਦਮੀ ਪਾਰਟੀ ਦਾ ਮੋਟਰਲ ਜਨਤਾ ਦੇ ਵਿੱਚ ਹੈ ਸੋ ਆਮ ਆਦਮੀ ਪਾਰਟੀ ਜਨਤਾ ਦੇ ਨਾਲ ਹੈ ਲੋਕਾਂ ਦੇ ਨਾਲ ਹੈ ਉਹ ਨਾਲੇ ਇਸ ਸਮੇਂ ਚ ਔਨਲੀ ਦਿਨਾਂ ਚ ਫਿਊਚਰ ਚ ਕੀ ਪਾਰਟੀ ਲਈ ਸਭ ਤੋਂ ਵੱਡਾ ਚੈਲੰਜ ਕਿਰੇਗਾ ਆਮ ਆਦਮੀ ਪਾਰਟੀ ਵਾਸਤੇ ਦੇਖੋ ਸਾਡੇ ਲਈ ਕੋਈ ਵੱਡਾ ਚੈਲੰਜ ਨਹੀਂ ਲੋਕਾਂ ਨੂੰ ਸਾਡੀ ਜਿਹੜੀ ਸੋਚ ਹੈ ਸਾਡਾ ਕੰਮ ਕਰਨ ਦਾ ਤਰੀਕਾ ਬੜਾ ਵਧੀਆ ਲੱਗਿਆ ਪਸੰਦ ਚੈਲੰਜ ਤਾਂ ਹੁਣ ਬੀਜੇਪੀ ਔਰ ਕਾਂਗਰਸ ਲਈ ਹੈ 2024 ਦੀ ਇਲੈਕਸ਼ਨ ਹੈ ਲੋਕਾਂ ਨੇ ਬਹੁਤ ਹੀ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦਾ ਐਮਪੀ ਬਣਾਨੇ ਸਾਡੇ ਐਮਪੀ ਬਣੇਗਾ ਸਾਡਾ ਮੇਅਰ ਬਣੇਗਾ ਸ਼ਹਿਰ ਦੇ ਵਿੱਚ ਇੱਕ ਚੰਗੀ ਰਾਜਨੀਤਿਕ ਕਰਨ ਵਾਲੀ ਸਰਕਾਰ ਬਣੇਗੀ ਜਿਹਦੇ ਨਾਲ ਅਫਸਰਸ਼ਾਹੀ ਵੀ ਚੰਡੀਗੜ੍ਹ ਚੋਂ ਖਤਮ ਹੋਏਗੀ ਔਰ ਸਾਡੇ ਜਿਹੜੇ ਮੇਨ ਸਭ ਤੋਂ ਮੇਨ ਜਿਹੜੇ ਕੰਮ ਨੇ ਬਿਜਲੀ ਪਾਣੀ ਐਜੂਕੇਸ਼ਨ ਸਿਸਟਮ ਸਾਫ ਸਫਾਈ ਰੱਖ-ਰਖਾਫ ਔਰ ਪ੍ਰਸ਼ਾਸਨ ਨੂੰ ਖਤਮ ਕਰੰਦਾ ਜਿਹੜਾ ਸਿੱਟਾ ਹੈ ਅਸੀਂ ਆਪਣੀ 2024 ਤੋਂ ਬਾਅਦ ਐਮਪੀ ਮੇਅਰ ਸਾਡਾ ਸਾਡੇ ਕਾਉਂਸਲਰਸ ਚੰਡੀਗੜ੍ਹ ਲਈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਗੇ ਚੰਡੀਗੜ੍ਹ ਦਾ ਐਜੂਕੇਸ਼ਨ ਸਿਸਟਮ ਵੀ ਵਧੀਆ ਹੋਏਗਾ ਚੰਡੀਗੜ੍ਹ ਦਾ ਬਿਜਲੀ ਵਿਭਾਗ ਵੀ ਵਧੀਆ ਹੋਏਗਾ ਪਾਣੀ ਵੀ ਵਧੀਆ ਹੋਏਗਾ ਸੋ ਹਰ ਇੱਕ ਚੀਜ਼ ਬਹੁਤ ਅੱਛੀ ਹੋਣ ਵਾਲੀ ਹੈ ਦਿੱਲੀ ਔਰ ਪੰਜਾਬ ਦੇ ਸਤਰ ਤੇ ਤੇ ਹੁਣ ਕੀ ਫਿਊਚਰ ਪਲਾਨਸ ਨੇ ਅੱਗੇ ਕਿਹੜੀ ਕਿਹੜੀ ਚੀਜ਼ਾਂ ਦੇ ਵਰਕ ਆਊਟ ਕਰ ਰਹੇ ਹੋ ਪਲਾਨ ਆਊਟ ਕਰ ਰਹੇ ਹੋ ਦੇਖੋ ਸਾਡਾ ਸਾਰਾ ਸਾਈਡ ਬਾਈ ਸਾਈਡ ਚੱਲ ਰਿਹਾ ਹੈ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸਾਡੇ ਪਾਰਟੀ ਦੇ ਇੰਟਰਨਲਸ ਹੋਰ ਕਾਫੀ ਚੀਜ਼ਾਂ ਗਤੀਵਿਧੀਆਂ ਸਾਡੇ ਸੈੱਲ ਬਣਾਏ ਜਾ ਰਹੇ ਨੇ ਚਾਹੇ ਵਪਾਰ ਮੰਡਲ ਸੈੱਲ ਹੋ ਜਾਏ ਚਾਹੇ ਮਹਿਲਾ ਸੈੱਲ ਹੋ ਜਾਏ ਚਾਹੇ ਆਪਣਾ ਯੂਥ ਸੈੱਲ ਹੋ ਜਾਏ ਸੋ ਬੜਾ ਅੱਛੇ ਤਰੀਕੇ ਨਾਲ ਸਾਡੇ ਸੀਨੀਅਰ ਲੀਡਰਸ ਲੱਗੇ ਹੋਏ ਨੇ ਔਰ ਕਾਉਂਸਲਰਸ ਵੀ ਬੜੇ ਅچھے ਤਰੀਕੇ ਨਾਲ ਆਪਣੇ ਆਪਣੇ ਏਰੀਆ ਚ ਕੰਮ ਕਰ ਰਹੇ ਨੇ ਸੋ ਆਉਣ ਵਾਲਾ ਸਮਾਜ ਚੰਡੀਗੜ੍ਹ ਦੇ ਵਿੱਚ ਆਮਦਨ ਪਾਰਟੀ ਕਰੇਗਾ ਤਾਂ ਤੁਸੀਂ ਦੇਖਿਆ ਸੀਗੇ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਡੱਬੀ ਗਰਾਊਂਡ ਦੇ ਟੌਪਿਕ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੀਜੇਪੀ ਬਾਰੇ ਦੱਸਿਆ ਕਿ ਜਿਸ ਤਰ੍ਹਾਂ ਬੀਜੇਪੀ ਦੇ 9 ਸਾਲ ਨੇ ਕਿ ਆਮ ਆਦਮੀ ਪਾਰਟੀ ਉਸ ਤਰ੍ਹਾਂ ਦੀ ਜਿਹੜੀ ਕੰਮ ਨਹੀਂ ਉਹ ਕਰਨ ਦੀ ਜ਼ਰੂਰਤ ਨਹੀਂ ਹੈਗੀ ਰਹੀ ਗੱਲ ਸਾਲ 2024 ਦੀ ਤੁਸੀਂ ਕੀ ਸੋਚ ਰਹੋ ਇਸ ਵਾਰ ਕਿਸ ਦੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਬੀਜੇਪੀ ਜਾਂ ਫਿਰ ਕਾਂਗਰਸ ਕਮੈਂਟਸ 'ਚ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਣੇ ਰਹੋ ਅਜ਼ਾਦ ਟੀਵੀ ਨਿਊਜ਼ ਨਾਲ